ਸੀ ਜਿੱਥੇ ਸਿਫਾਰਿਸ਼ ਕਰਕੇ ਮੁਲਾਜ਼ਮ ਲੱਗਦੇ ਸੀ, ਅੱਜ ਦੀ ਡੇਟ ਜਿੱਥੇ ਮੁਲਾਜ਼ਮ ਸਾਰੇ ਭੱਜ ਕੇ ਬਿਲਕੁਲ ਖਾਲੀ ਹੈ, ਤੁਸੀਂ ਜਾ ਕੇ ਹੁਣ ਚੈੱਕ ਕਰ ਦਿਓ ਬਿਲਕੁਲ ਕਮੇਟੀ ਖਾਲੀ ਪਈ। ਮੰਨਦੇ ਪਹਿਲਾਂ ਫਿਰੋਜ਼ਪੁਰ ਚੱਲਦਾ ਸੀ ਜਿਹੜਾ ਵੀ ਮੁਲਾਜ਼ਮ ਦਾ ਕੰਮ ਹੁੰਦਾ ਸੀ ਜੀ, ਹੁਣ ਫਿਰੋਜ਼ਪੁਰ ADC ਨੂੰ ਦਿੱਤਾ ਜੀ, ADC ਦੇ ਲੱਗਾ ਕਟਾਰੀਆ ਸਾਹਿਬ, ਇਹ ਕੰਮ ਹੀ ਨਹੀਂ ਕਰਦਾ ਕੁਛ ਕੀਤਾ ਮੁਲਾਜ਼ਮ ਦਾ। ਇੱਕ ਤਾਂ ਦਖਲਅੰਦਾਜ਼ੀ ਹੁੰਦੀ ਹੈ, ਇੱਕ ਲੋੜ ਤੋਂ ਜ਼ਿਆਦਾ ਜਿਵੇਂ ਬੰਦੇ ਨੂੰ ਜਲੀਲ ਕਰਨਾ, ਮੁਲਾਜ਼ਮਾਂ ਨੂੰ ਜਲੀਲ ਕਰਨਾ, ਈਓ ਨੂੰ ਜਲੀਲ ਕਰਨਾ, ਜੇਈ ਨੂੰ ਜਲੀਲ ਕਰਨਾ, ਸੈਂਟਰੀ ਨੂੰ ਜਲੀਲ ਕਰਨਾ, ਪਤਾ ਕੀ ਹੈ ਜੀ ਅੱਜ ਕੱਲ੍ਹ ਹਰੇਕ ਬੰਦਾ ਬਦਲੀ ਕਰਾਉਣ ਕਰਦਾ, ਸਾਡੀ ਇਸ ਟਾਈਮ ਕਮੇਟੀ ਲਵਾਰਸ ਹੈ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਅਰੀ। ਨਗਰ ਕੌਂਸਲ ਫਰੀਦਕੋਟ ਦੇ ਪ੍ਰਧਾਨ ਨਿੰਦਰਪਾਲ ਨਿੰਦਾ ਸਮੇਤ ਸਾਰਿਆਂ ਵਾਰਡਾਂ ਦੇ MC ਅਤੇ ਨਗਰ ਕੌਂਸਲ ਦਾ ਸਾਰਾ ਸਟਾਫ, ਸਫਾਈ ਸੇਵਕ ਇਸ ਵੇਲੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਫ਼ਤਰ ਸਾਹਮਣੇ ਹੜਤਾਲ 'ਤੇ ਅਣਮਿੱਥੇ ਸਮੇਂ ਲਈ ਬੈਠ ਗਏ ਆ ਅਤੇ ਨਗਰ ਕੌਂਸਲ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਗਿਆ ਹੈ। ਮਸਲਾ ਹੈ ਨਗਰ ਕੌਂਸਲਾਂ ਨਾਲ ਸੰਬੰਧਿਤ ਸਰਕਾਰੀ ਤੌਰ 'ਤੇ ਸਿਵਲ ਪ੍ਰਸ਼ਾਸਨ ਵੱਲੋਂ ਲਗਾਏ ਗਏ ਮੁਲਾਜ਼ਮ ਦਾ। ਨਗਰ ਕੌਂਸਲ ਪ੍ਰਧਾਨ ਅਤੇ ਸਫਾਈ ਸੇਵਕ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਰਕੇ ਸਾਰੇ ਪਰੇਸ਼ਾਨ ਆ ਅਤੇ ਮਜਬੂਰ ਹੋਣਾ ਪਿਆ ਇਹ ਹੜਤਾਲ ਕਰਨ ਲਈ ਅਤੇ ਸ਼ਹਿਰ ਦੀ ਸਫਾਈ ਬੰਦ ਕਰਨ ਲਈ। ਉਹਨਾਂ ਐਲਾਨ ਕੀਤਾ ਕਿ ਜਿੰਨੀ ਦੇਰ ਇਸ ਮੁਲਾਜ਼ਮ ਦੀ ਬਦਲੀ ਨਹੀਂ ਕੀਤੀ ਜਾਂਦੀ ਉਨੀ ਦੇਰ ਇਹ ਹੜਤਾਲ ਇਸੇ ਤਰ੍ਹਾਂ ਜਾਰੀ ਰਹੂਗੀ। ਅਤੇ ਆਓ ਤੁਹਾਨੂੰ ਸਿੱਧੇ ਲੈ ਚੱਲਦੇ ਹਾਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ, ਜਿੱਥੇ ਸਾਰੇ MC, ਸਫਾਈ ਸੇਵਕ, ਨਗਰ ਕੌਂਸਲ ਦਾ ਸਟਾਫ ਅਤੇ ਨਗਰ ਕੌਂਸਲ ਦੇ ਪ੍ਰਧਾਨ ਨਿੰਦਰਪਾਲ ਨਿੰਦਾ ਦਰੀਆਂ ਵਿਛਾ ਕੇ ਹੜਤਾਲ 'ਤੇ ਬੈਠੇ ਹੋਏ ਨੇ। ਇੱਕ ਸੈਂਟਰੀ ਹੈ ਡਿਪਾਰਟਮੈਂਟ 'ਚ, ਇੱਕੋ ਸੈਂਟਰੀ ਹੈ ਸਾਡੇ ਕੋਲ, ਜੈਤੋ ਦਾ ਅਤੇ ਫਰੀਦਕੋਟ ਦਾ ਚਾਰਜ ਆ ਉਹਦੇ ਕੋਲ। 3 ਦਿਨ ਫਰੀਦਕੋਟ ਆ, 2 ਦਿਨ ਜੈਤੋ, 2 ਦਿਨ ਛੁੱਟੀ ਹੁੰਦੀ ਹੈ। ਜਦੋਂ ਇੱਕ ਸੈਂਟਰੀ ਡਿਪਾਰਟਮੈਂਟ ਸੈਂਟਰੀ ਨੇ ਸ਼ਹਿਰ ਚਲਾਉਣਾ ਹੈ, ਕਿਉਂਕਿ ਮੈਂ ਤਾਂ ਸ਼ਹਿਰ 'ਚ ਜਾ ਕੇ ਨਾਲੀਆਂ ਇਹਨਾਂ ਦੇ ਮਗਰ ਜਾਣਾ ਨਹੀਂ, ਸਫਾਈ ਸੇਵਕਾਂ ਦੇ ਮਗਰ ਜਾਏ ਨੂੰ ਕੋਈ ਡਾਇਰੈਕਸ਼ਨ ਦੇਣੀ ਹੈ, ਸੈਂਟਰੀ ਦੇ ਸਕਦਾ ਜੀ। ਜਦੋਂ ਸਾਡਾ ਅਫਸਰ ਜੀ ਇੱਥੇ 4 ਘੰਟੇ ਜਾਂ 5 ਘੰਟੇ ਇੱਥੇ ਬਹਿ ਗਿਆ, 2-3 ਦਿਨ ਜੈਤੋ ਜਾ ਵੜਿਆ ਜੀ, ਤੇ ਇੱਕ ਸ਼ਹਿਰ ਦਾ ਕੰਮ ਕਿਵੇਂ ਹੋਊਗਾ? ਹੁਣ ਸ਼ਹਿਰ ਦਾ ਜੇ ਮੇਰਾ ਨਾਂ ਬਣਿਆ ਸ਼ਹਿਰ 'ਚ, ਸਾਡੇ MC ਦਾ ਨਾਂ ਬਣਿਆ, ਸਫਾਈ ਕਰਕੇ ਬਣਿਆ ਸੀ, ਤਕਰੀਬਨ ਪਰਮਾਤਮਾ ਦੀ ਕਿਰਪਾ ਨਾਲ, ਇਹ ਯੂਨੀਅਨ ਸਾਡੇ ਭਰਾਵਾਂ ਵਾਲਾ ਪ੍ਰੇਮ ਹੈ, ਕੋਈ ਸਫਾਈ ਯੂਨੀਅਨ ਨਹੀਂ, ਅਸੀਂ ਇੱਕ ਦੂਜੇ ਨਾਲ ਭਰਾਵਾਂ ਤੌਰ 'ਤੇ ਵਰਤਦੇ ਹਾਂ, ਮੁਲਾਜ਼ਮ ਨਹੀਂ ਸਾਡੇ, ਵੀ ਅਸੀਂ ਵਧੀਆ ਆਪਦਾ ਸਿਸਟਮ ਚਲਾਇਆ ਸੀਗਾ ਵੀ ਸ਼ਹਿਰ ਸਾਰਾ ਖੁਸ਼ ਸੀ, ਸਫਾਈ ਕਰਨੀ ਹੋ, ਪਰ ਇਸ ਬੰਦੇ ਨੇ ਸਾਡਾ ਆ ਕੇ ਸਾਡੇ ਸਾਰਾ ਕਮੇਟੀ ਦਾ ਬੇੜਾ ਗਰਕ ਕਰਤਾ ਨਹੀਂ, ਠੀਕ ਹੈ, ਵਾਰੀ ਵਾਰੀ ਇੰਟਰਫੀਅਰ, ਤੁਹਾਡੇ ਕੋਲ ਇੰਨੇ ਬੰਦੇ ਆ, ਇਹਨੂੰ ਇੱਥੇ ਲਾਓ, ਉੱਥੇ ਲਾਓ, ਇਹਦਾ ਤਾਂ ਫਰਜ਼ ਨਹੀਂ ਬਣਦਾ ਸਰ, ਅਸੀਂ ਨਾਲਾ ਘੜਾਈਏ ਨਾ ਘੜਾਈਏ, ਮੇਰੀ ਜ਼ਿੰਮੇਵਾਰੀ ਹੈ, ਸੈਕਟਰੀ ਸਾਹਿਬ ਦੀ ਜ਼ਿੰਮੇਵਾਰੀ ਹੈ, ਸਾਡੀ ਯੂਨੀਅਨ ਦੀ ਜ਼ਿੰਮੇਵਾਰੀ ਹੈ, ਇਹਦਾ ਕੀ ਰੋਲ ਆ ਉੱਤੇ ਸਫਾਈ 'ਚ? ਕੀ ਨਗਰ ਕੌਂਸਲ ਦੇ ਕੰਮਾਂ ਵਿੱਚ ਇਹਨਾਂ ਦੀ ਦਖਲਅੰਦਾਜ਼ੀ ਹੋ ਸਕਦੀ ਹੈ? ਲੋੜ ਤੋਂ ਜ਼ਿਆਦਾ ਜੀ, ਲੋੜ ਤੋਂ ਜ਼ਿਆਦਾ, ਇੱਕ ਤਾਂ ਦਖਲਅੰਦਾਜ਼ੀ ਹੁੰਦੀ ਹੈ, ਇੱਕ ਲੋੜ ਤੋਂ ਜ਼ਿਆਦਾ, ਜਿਵੇਂ ਬੰਦੇ ਨੂੰ ਜਲੀਲ ਕਰਨਾ, ਮੁਲਾਜ਼ਮਾਂ ਨੂੰ ਜਲੀਲ ਕਰਨਾ, ਈਓ ਨੂੰ ਜਲੀਲ ਕਰਨਾ, ਜੇਈ ਨੂੰ ਜਲੀਲ ਕਰਨਾ, ਸੈਂਟਰੀ ਨੂੰ ਜਲੀਲ ਕਰਨਾ, ਪਤਾ ਕੀ ਹੈ ਜੀ ਅੱਜ ਕੱਲ੍ਹ ਹਰੇਕ ਬੰਦਾ ਬਦਲੀ ਕਰਾਉਣ ਕਰਦਾ, ਸਾਡੀ ਇਸ ਟਾਈਮ ਕਮੇਟੀ ਲਵਾਰਸ ਹੈ, ਫਰੀਦਕੋਟ ਦੀ ਏ ਕਲਾਸ ਦੀ ਕਮੇਟੀ ਹੈ, ਜਿੱਥੋਂ ਅਡੀਸ਼ਨਲ ਚਾਰਜ ਜੈਤੋ ਦੇ ਈਓ ਕੋਲ, ਇੱਥੇ ਫਰੀਦਕੋਟ ਦਾ ਜੀ, ਸਾਡੇ ਪੱਕਾ ਈਓ ਹੈ ਨੀ, ਉਹ ਵੀ ਅੱਕਿਆ ਹੋਇਆ, ਮਤਲਬ ਕਿ ਬਦਲੀ ਕਰਾਉਣ ਨੂੰ ਫਿਰਦਾ, ਉਹਦੀ ਬਦਲੀ ਹੋ ਚੁੱਕੀ ਹੈ, 1 ਜਾਂ 2 ਦਿਨ ਚਾਰਟਰ ਉਹਦੇ ਹੋਣ ਵਾਲੇ ਹੈ, ਸਾਡੀ ਕਮੇਟੀ ਜਮਾਂ ਲਵਾਰਸ ਹੋ ਗਈ, ਸੈਂਟਰੀ ਤਾਂ ਬਦਲੀ ਕਰਾਉਣ ਨੂੰ ਫਿਰਦਾ ਜੀ। ਫਰੀਦਕੋਟ ਦੀ ਕਮੇਟੀ ਇੱਕ ਇਹੋ ਜਿਹੀ ਕਮੇਟੀ ਸੀ ਜਿੱਥੇ ਸਿਫਾਰਿਸ਼ ਕਰਕੇ ਮੁਲਾਜ਼ਮ ਲੱਗਦੇ ਸੀ, ਅੱਜ ਦੀ ਡੇਟ ਜਿੱਥੇ ਮੁਲਾਜ਼ਮ ਸਾਰੇ ਭੱਜ ਕੇ ਬਿਲਕੁਲ ਖਾਲੀ ਹੈ, ਤੁਸੀਂ ਜਾ ਕੇ ਹੁਣ ਚੈੱਕ ਕਰ ਦਿਓ ਬਿਲਕੁਲ ਕਮੇਟੀ ਖਾਲੀ ਪਈ। ਫਿਲਹਾਲ ਤਾਂ ਇਹੀ ਹੈ, ਸਾਨੂੰ ਤਾਂ ਬਦਲੀ ਕਰਾਉਣਾ ਤੇ ਬੈਠੇ, ਜਾਂ ਤਾਂ ਅਸੀਂ ਕਮੇਟੀ ਬੰਦ ਕਰਾਂਗੇ ਜੀ, ਜਾਂ ਇਹਨੂੰ ਸੁਰਿੰਦਰ ਕਲਾਸ ਨੂੰ ਰੱਖਣ, ਸੋ ਹੀ ਸਾਡਾ ਮੁੱਦਾ, ਇਹਦੀ ਬਦਲੀ ਕਰ ਦੇਣ, ਸਾਡੇ ਕੰਮ 'ਚ ਇੰਟਰਫੀਅਰ ਨਾ ਕਰੇ ਕੋਈ, ਬਸ ਠੀਕ ਹੈ। ਨਹੀਂ ਜੀ, ਨਹੀਂ ਇਹ ਚੱਲੂਗਾ, ਸਫਾਈ ਸਾਡਾ ਧਰਨਾ ਲਗਾਤਾਰ ਚੱਲੂ, ਕਮੇਟੀ ਬੰਦ ਆ, ਕੋਈ ਸਫਾਈ ਨਹੀਂ ਹੋਊਗੀ ਸ਼ਹਿਰ 'ਚ, ਠੀਕ ਹੈ, ਕੱਲ੍ਹ ਧਰਨਾ ਕੱਲ੍ਹ ਦੇਣਾ ਸੀ, ਪਰ ਇੱਕ ਝੰਡਿਆਂ ਨੂੰ ਅਸੀਂ ਧਾਰਮਿਕ ਖਿਆਲ ਰੱਖਦੇ ਹਾਂ, ਝੰਡਿਆਂ ਦੀ ਬਦੌਲਤ ਅਸੀਂ ਕੱਲ੍ਹ ਧਰਨਾ ਨਹੀਂ ਦਿੱਤਾ, ਇਸੇ ਕਰਕੇ ਅੱਜ ਧਰਨਾ ਦਿੱਤਾ, ਜਿੰਨਾ ਚਿਰ ਕਟਾਰੀਆ ਬਲਦਾ ਨਹੀਂ ਗਈ ਉਨੇ ਚਿਰ ਸਫਾਈ ਬੰਦ ਰਹੂਗੀ, ਸਾਡੇ MC ਆ ਜਿੱਥੇ ਸਾਨੂੰ ਭਾਵੇਂ ਘੰਟਾ 2 ਘੰਟੇ ਤੇ ਬਹਿਣਾ ਪੈਂਦੇ ਨਹੀਂ ਬੈਠਾ। ਸਾਡੇ ਸਾਹਿਬ ਬਾਰੇ ਇੰਨੀ ਮਜਬੂਰ ਕੀਤਾ ਉਹਨਾਂ ਨੇ ਸਾਡੇ ਸੈਂਟਰ ਨੂੰ, ਰਡੀਓ ਸਾਹਿਬ ਨੂੰ, ਉਹ ਵਧੀਆ ਕਾਨੂੰਨ ਫਿਰਦੇ ਜੀ, ਕਮੇਟੀ ਦਾ ਕੰਮ ਸਾਰਾ ਬੰਦ ਪਿਆ, ਕੋਈ ਮੈਡੀਕਲ ਦੇ ਬਿੱਲ ਨਹੀਂ ਕਟਾਰੀਆ ਸਾਹਿਬ ਕੱਢਦੇ,
ਬਹੁਤ ਮਿਹਨਤ ਕਰ ਚੁੱਕੇ ਜੀ ਅਸੀਂ। ਕਿਸ ਤਰ੍ਹਾਂ ਦੀਆਂ ਜਿਹੜੀਆਂ ਅੜਕਾਂ ਪਾਉਂਦੇ ਨੇ ਸਰ? ਮੁਲਾਜ਼ਮ ਸਾਡੇ ਪਹਿਲਾਂ ਫਿਰੋਜ਼ਪੁਰ ਜਾਂਦਾ ਸੀ ਵੀਰਾ, ਵੀ ਮੁਲਾਜ਼ਮ ਦਾ ਕੰਮ ਹੁੰਦਾ ਸੀ ਜੀ, ਹੁਣ ਫਿਰੋਜ਼ਪੁਰ ਏ ਡੀ ਸੀ ਨੂੰ ਦਿੱਤਾ ਜੀ, ਏ ਡੀ ਸੀ ਦੇ ਲੱਗਾ ਕਟਾਰੀਆ ਸਾਹਿਬ, ਕੰਮ ਹੀ ਨਹੀਂ ਕਰਕੇ ਕੋਸ਼ਿਸ਼ ਕੀਤਾ ਮੁਲਾਜ਼ਮ ਦਾ ਜੀ। ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਜੀ? ਸਮੱਸਿਆ ਸਰ ਮੁਲਾਜ਼ਮਾਂ ਦੇ ਕੋਈ ਬਿੱਲ ਹੁੰਦੇ ਜੀ, ਕੋਈ ਮੈਡੀਕਲ ਹੁੰਦਾ, ਕੋਈ ਪੇਸ਼ੈਂਟ ਦੇ ਹੁੰਦੇ, ਪੇਸ਼ੈਂਟ ਦੀ 15 ਦਿਨ ਤੋਂ ਪਹਿਲਾਂ ਨਹੀਂ ਪੈਂਦੀ ਜੀ, ਜਦੋਂ ਹਰੇਕ ਕਮੇਟੀ 'ਚ ਪਹਿਲੀ ਨੂੰ ਪੈਸੇ ਪੈ ਜਾਈ, ਦੋ ਨੂੰ ਪੈਦੀ, ਇੱਥੇ ਲੋਨ ਬੰਦ ਕਰਦੇ ਮੁਲਾਜ਼ਮਾਂ ਦੇ ਜੀ, ਜਿਹੜੇ ਪੈਸੇ ਦੇ ਲੋਨ ਲੈਂਦੇ ਸੀ ਮੁਲਾਜ਼ਮ ਬੰਦ ਕਰਦੇ, ਤੁਹਾਡੇ ਪੈਸੇ ਟਾਈਮ 'ਤੇ ਨਹੀਂ ਆਉਂਦੇ ਜੀ, 15-15 ਦਿਨ ਤੋਂ ਪੈਸੇ ਭੇਜਦੇ ਆ। ਬਹੁਤ ਬੁਰਾ ਹਾਲ ਕੀਤਾ ਕਟਾਰੀਆ ਸਾਹਿਬ ਨੇ, ਅਸੀਂ ਡੀ ਸਾਹਿਬ ਨੂੰ ਰਿਕੁਐਸਟ ਕਰਦੇ ਹਾਂ ਜਾਂ ਇਹਨਾਂ ਨੂੰ ਬਦਲ ਦੇਣ, ਜਾਂ ਅਸੀਂ ਇੱਥੇ ਆਪਣੇ ਹੜਤਾਲ 'ਤੇ ਬੈਠਾਂਗੇ ਜਦ ਤੱਕ ਇਹਨਾਂ ਨੂੰ ਨਹੀਂ ਬਦਲਦੇ। ਸਫਾਈ ਦਾ ਕੰਮ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਜਿਹੜਾ ਅੱਜ ਤੁਸੀਂ ਬੰਦ ਕਰ ਦਿੱਤਾ? ਅਸੀਂ ਤਾਂ ਕੱਲ੍ਹ ਦੀ ਹੜਤਾਲ ਰੱਖਣੀ ਆ, ਮਹਾਮਾਰੀ ਦਾ ਝਾਂਡੇ ਕਰਕੇ ਝੰਡੇ ਕਰਕੇ ਅਸੀਂ ਨਹੀਂ ਕੀਤੀ, ਤਾਂ ਮੇਰੇ ਅੱਜ ਤੋਂ ਆਇਆ ਹੜਤਾਲ ਹੀ ਹੋਈ ਜਦੋਂ ਤੱਕ ਕਟਾਰੀਆ ਸਾਹਿਬ ਨਹੀਂ ਬਦਲਦੇ। ਸਫਾਈ ਦਾ ਕੰਮ ਬੰਦ ਸਰ, ਬੰਦ ਜਦੋਂ ਕੋਈ ਕਟਾਰੀ ਆਪਣੇ ਡੀ ਸਾਹਿਬ ਕਾਜੀ ਕਹਿੰਦੇ ਰਾਜੀ ਹੁਣ ਜਾ ਬਣਾ ਕੰਮ ਤੇ।